ये असली रिव्यू आ, ये वैक्सीन दे आफ्टर इफेक्ट्स। ओह नहीं। मानो। उधर की आवाज कट दो, फिर आऊंगी। कट दो उधर की आवाज। म्याऊ। ये अभी नहीं। म्याऊ। वो होगी सच्ची। वो सच्ची। सच्ची आ गई। एक पालतू बिल्ली रख ली अपन। मानो फिर मैं कितना दिमाग कटन। अबे तो गले च पाया है। ब्लूटूथ डिवाइस है, जो गवाच जूगी तो चेक कर सकते हैं। मानो ये मानो तेनू कि पता लग जाता अभी इतने बह जाने आ गए कुड़े। जो अस इतने बहने ना उदो आ जाती है। देखो जी गल साहब नू किनी प्यारी है ना। दब खड़बी जी काम की राज रखी है। ए वारा वा इधर उधर भजदी रहंदी है। वारा वा ए चार पांच घर टप जांदी है, कभी किते फिरदी हुंदी, कभी किते नहीं। कुड़े तू वारा है। ਇਹ ਬਿੱਲੀ ਨਾ ਸਾਡੇ ਗਵਾਂਢ ਚ ਤੇ ਗਵਾਂਢੀਆਂ ਦੀ ਹੈ। ਗਵਾਂਢੀਆਂ ਦੀ ਹੈ, ਗੋਰਾ ਦੀ। ਇਹਦਾ ਆਪਾਂ ਨਾਂ ਰੱਖੀਏ ਕੋਈ। ਇਹਦਾ ਨਾਂ ਰੱਖ ਦਈਏ ਮਾਣੋ। ਨੀ ਮਾਣੋ। ਹੇ ਮਾਣੋ। ਉਹਨੂੰ ਪੰਜਾਬੀ ਸਮਝਾਉਣੀ। ਮਾਣੋ ਸਮਝਾ ਦਾਂ। ਨਹੀਂ ਨਹੀਂ ਉਹ ਹੈਲੋ ਕਰਨ ਦੀ ਆ। ਹੈਲੋ ਹੈਲੋ। 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 ਉਹ ਤੁਸੀਂ ਹਟੇ ਨਾ ਉਦੋਂ ਉਹਨੇ ਕੀਤਾ ਵੀ ਹੋਰ ਕਰੋ। ਹੁਣ ਹਟਿਓ, ਵੇਖਿਓ ਹਟਿਓ। ਹਟੋ ਵੀਰ ਮਨ। ਉਹ ਮੇਰੇ ਵੱਲੋਂ। ਮਾਣੋ ਉਹਦੀ ਮੇਰੇ ਵੱਲੋਂ। ਇਹਨੂੰ ਕੀ ਆਦੀ ਵਿਚਾਰੀ। ਉਹ ਨਹੀਂ ਮੈਨੂੰ ਡਰ ਵਾ ਪੀ ਲੰਦਰ ਮਾਰ ਦੂਗੀ। ਹਾਂਜੀ ਇੱਥੇ ਵੀ ਕਰ ਦੇ। ਆਹੋ ਪੂਰੀ ਫਰੈਂਕ ਹੋ ਗਈ ਆ। ਮਾਣੋ ਸਾਡੀ ਜਾ ਮਾਂ ਆ ਜਾ ਚੱਕ ਲਈ ਤੈਨੂੰ ਮਾਣੋ। ਕਿੰਨੇ ਵਾਲ ਇੱਧਰ ਕਿੱਧਰ ਆਉਣੀ, ਮੇਰੇ ਵਾਲ ਕਿੱਧਰ ਆਉਣੀ। ਮੈਂ ਮੈਂ ਹੀ ਹਾਂ ਤੇਰੇ ਕੋਲੇ ਮਾਣੋ। हेलो सत श्री अकाल जी, सारयां नूं की हाल चाल, ठीक ठाक सारयां ने। उम्मीद करदा जी सारे ठीक होंगे, सारे चढ़दी कला जाओगे। सो अज आपां कोविड 19 का टीका लगाने चले हैं। कल असी बुक कराया सीगा ते अज मैनूं डेट मिल गई है। ईटो बीको दे विच मैं चलिया जिथे मेरी वैक्सीन लगनी है। चलो आ जाओ वीणे की हिसाब किताब उत्थे ते टीका लगा के आउणे दोस्तो। लो वी मित्रो आपां वैक्सीन लगाउण आ गए हैं। मैं ना पिछले वीक इधर आ जिहड़ी रोड है ना जिथों लंघ रहा मैं इत्थे आया सी पिछले वीक। मैं इधर वेखा मैं कहा यार कांग्रेस सेंटर की है बड़ा तगड़ा है, पर इत्थे टीका लगना आपां। Let's get to vaccinated COVID-19 immunization clinic. इधर ही है। लोग भी आज तो ऐसे देना है। आज अपने टीका लगे जा रहे हैं। डरे हो ना? नहीं। रोए हो ना? नहीं। टीका लगूगा? नहीं नहीं। बाबा सारी भीड़ होगी। अच्छा? हाँ, बहुत भीड़ होनी है। नहीं नहीं डरते पीड़ा पूरा तो। ਬਹੁਤ ਜ਼ਿਆਦਾ ਇੰਨੀ ਕੁ ਪੀੜ ਤਾਂ ਸਾਡੇ ਗਿੱਟੇ ਤੇ ਜੋ ਲੈਂਡਿੰਗ ਗੇਅਰ ਵੱਜਦਾ ਉਨੀ ਹੋ ਜਾਂਦੀ। ਰੋ ਰੋ ਨਾ ਕੋਈ ਨਹੀਂ ਚੰਗਾ। ਨਹੀਂ ਨਹੀਂ ਰੋਂਦਾ ਥੋੜਾ ਬਹੁਤ ਹੁੰਦਾ ਰਹਿੰਦਾ। ਲਓ ਮਿੱਤਰੋ ਆਪਾਂ ਲਵਾ ਲਿਆ ਟੀਕਾ। ਆ ਉੱਥੇ ਲਿਖਿਆ ਆਈ ਗਾਟ ਵੈਕਸੀਨੇਟਡ। ਵੈਕਸੀਨੇਟਡ ਕਿ ਵੈਕਸੀਨ? ਆਈ ਗਾਟ ਮਾਈ ਕੋਵਿਡ 19 ਵੈਕਸੀਨ। ਤੇ ਆ ਇੱਧਰ ਆਪਣੇ ਘਰ ਦੇ ਸਾਰੇ ਦਰਸ਼ਕਾਂ ਨੂੰ ਸਿਰਪਣ ਬਹੁਤ ਸੋਹਣੀਆਂ ਵੀਡੀਓ ਪਾ ਰਿਹਾ ਜੀ। ਵਾਹ ਸਬਸਕ੍ਰਾਈਬ ਕਰੋ, ਸ਼ੇਅਰ ਕਰੋ।
बहुत धन्यवाद थोड़ा तुसीं साडी वीडियो चाहे तुसीं साडी वीडियो नूं चार चैनल लाते है साडी मैं क्या वीडियो नूं चार चैनल लाते तुसीं पूरी वधिया बनावांगे ਵਧੀਆ ਵਧੀਆ ਬਾਪਾ ਨੂੰ ਦਰਸ਼ਕੋ ਆਪਣਾ ਕਰੋਨਾ ਦਾ ਟੀਕਾ ਲੱਗ ਗਿਆ ਤੇ ਹੁਣ ਅਸੀਂ ਜਲਦੇ ਆ ਫਿਰ ਮੈਂ ਤੁਹਾਨੂੰ ਸਾਰਾ ਕੁਝ ਕੱਲੀ ਕੱਲੀ ਚੀਜ਼ ਡਿਸਕ੍ਰਾਈਬ ਕਰਦਾ ਵੀ ਕੀ ਕੁਝ ਹੋਇਆ ਸੀ ਉੱਥੇ ਹੁਣ ਮੈਂ ਘਰੇ ਗੱਲ ਕਰਨਾ ਫਿਰ ਆਪਾਂ ਤੁਹਾਡੇ ਨਾਲ ਗੱਲਾਂ ਬਾਤਾਂ ਮਾਰਦੇ ਆ ਉੱਚੀ ਬੋਲਿਆ ਕਰ ਥੋੜਾ ਜਿਹਾ ਅੱਛਾ ਉੱਚੀ ਬੋਲਿਆ ਕਰਾਂ ਠੀਕ ਆ ਕੁਲਜਿੰਦਰ ਦੀ ਤਾਂ ਬਹੁਤ ਸੋਹਣੀ ਆਵਾਜ਼ ਹੈ ਇਹਦੀ ਤਾਂ ਪੂਰੀ ਕਲੀਅਰ ਸੁਣਦੀ ਹੈ ਤੂੰ ਥੋੜਾ ਵਿੱਚ ਦੀ ਨਾ ਕੱਟ ਕਰ ਜਾਣਾ ਆਪਦੀ ਬੋਲੀਓ ਠੀਕ ਆ ਆਪਾਂ ਪੂਰੇ ਉੱਚੀ ਬੋਲਿਆ ਕਰਾਂਗੇ ਦਰਸ਼ਕੋ ਤੁਹਾਨੂੰ ਸੁਣਦਾ ਗਣ ਪਏ ਕਿ ਨਹੀਂ ਦਰਸ਼ਕੋ ਤੈਨੂੰ ਸੁਣ ਰਹੇ ਹਨ ਵਿਚਾਰਾ ਤੈਨੂੰ ਵਾਰ ਵਾਰ ਮੈਸੇਜ ਕਰ ਰਿਹਾ ਮੁੰਡਾ ਉਹ ਤੈਨੂੰ ਕੋਈ ਮਸ਼ੀਨਰੀ ਬਾਰੇ ਕੁਝ ਪੁੱਛ ਰਿਹਾ ਉਹਦਾ ਵੀ ਜਵਾਬ ਦਿਓ ਜ਼ਰੂਰ ਮੈਂ ਸਾਰਿਆਂ ਦੇ ਜਵਾਬ ਦੇਵਾਂਗੇ ਆਪਾਂ ਅਗਲੀ ਵੀਡੀਓ ਜਿੰਨੇ ਵੀ ਹੋਣਗੇ ਸਾਰਿਆਂ ਦੇ ਜਵਾਬ ਦੇਵਾਂਗੇ ਜਿਹੜਾ ਕੰਮ ਦੀ ਗੱਲ ਪੁੱਛਦਾ ਉਹਨੂੰ ਜ਼ਰੂਰ ਜਵਾਬ ਦਿਓ ਜਿਹੜਾ ਆਪਣੇ ਪਾਕਿਸਤਾਨ ਪੰਜਾਬੀ ਬੈਠੇ ਆ ਉਹ ਵੀ ਆਪਣੇ ਭਰਾ ਹੈ ਤੇ ਉਹਨਾਂ ਦੇ ਵੀ ਜਵਾਬ ਦਿਓ ਉਹਨਾਂ ਦੇ ਵੀ ਜਵਾਬ ਦਿਆ ਕਰੋ ਆਪਾਂ ਉਧਰ ਤੁਸੀਂ ਜਾਣਾ ਲੜਕਾਣਾ ਸਾਹਿਬ ਵੇਖ ਕੇ ਆਇਆ ਜੀ एक दर्शक कहिंदे लगते बहुत सोहना हो कोशिश करूंगा मैं और चंगा लिखन दी देऊंगा लिखता दर्शकां दे सामने पेश करनगे मित्रो ਟੀਕਾ ਲਵਾ ਕੇ ਆ ਗਏ ਹਾਂ ਘਰਦਿਆਂ ਨਾਲ ਗੱਲ ਕਰ ਲਈ ਸੀ ਆਪਾਂ ਅਤੇ ਮੈਂ ਹੁਣ ਤੁਹਾਨੂੰ ਨਾ ਐਕਸਪੀਰੀਅੰਸ ਦੱਸਦਾ ਮੇਰਾ ਕਿਵੇਂ ਰਿਹਾ ਐਕਸਪੀਰੀਅੰਸ ਉਹ ਮੈਂ ਗਿਆ ਸੀਗਾ ਟੋਰੋਂਟੋ ਕਾਂਗਰਸ ਸੈਂਟਰ ਅਤੇ ਜਦੋਂ ਮੈਂ ਉੱਥੇ ਐਂਟਰ ਹੋਇਆ ਉਹਦਾ ਵੀ ਉੱਥੇ ਜਾਊਗਾ ਹੈਲਥ ਕਾਰਡ ਉੱਥੇ ਜਾਓ ਉਹ ਸਕੈਨ ਕਰਨਗੇ ਫਿਰ ਤੁਹਾਨੂੰ ਅੱਗੇ ਪੁੱਛਣਗੇ ਵੀ ਤੁਸੀਂ ਤੁਹਾਨੂੰ ਕੋਵਿਡ ਤਾਂ ਨਹੀਂ ਹੋਇਆ 14 ਦਿਨ ਵਾਸਤੇ ਫਿਰ ਉਹ ਵੀ ਮੈਂ ਦੱਸਤਾ ਜੀ ਉਹਨਾਂ ਨੂੰ ਮੈਨੂੰ ਕੋਵਿਡ ਨਹੀਂ ਹੋਇਆ ਫਿਰ ਉਦੋਂ ਬਾਅਦ ਮੈਂ ਅੱਗੇ ਸਕਰੀਨਿੰਗ 'ਤੇ ਚਲਾ ਗਿਆ ਉੱਥੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਕਿਸੇ ਚੀਜ਼ ਦੀ ਐਲਰਜੀ ਤਾਂ ਨਹੀਂ ਤੁਹਾਨੂੰ ਵੀ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਗੀ ਅਤੇ ਮੈਂ ਕਿਹਾ ਨਹੀਂ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਬਿਲਕੁਲ ਸਹੀ ਹਾਂ ਪਰ ਉੱਥੇ ਨਾ ਬਹੁਤ ਜ਼ਿਆਦਾ ਇੱਕ ਤਰ੍ਹਾਂ ਦਾ ਵੱਡੇ ਸਕੇਲ 'ਤੇ ਬਣਾਇਆ ਹੋਇਆ ਸੀਗਾ ਅੰਦਰ ਬਹੁਤ ਖੁੱਲ੍ਹਾ ਸੀਗਾ ਬਹੁਤ ਜ਼ਿਆਦਾ ਲੋਕ ਸੀਗੇ ਪਰ ਸਾਰੇ ਦੂਰ ਦੂਰ ਬੈਠੇ ਸੀਗੇ ਸਰਵਿਸ ਬਹੁਤ ਜ਼ਿਆਦਾ ਵਧੀਆ ਸੀਗੀ ਯਾਰ ਉਹਨਾਂ ਦੀ ਅਤੇ ਮੈਨੂੰ ਲੱਗਦਾ ਹਾਰਡਲੀ ਮੈਨੂੰ ਉੱਥੇ ਅੱਧਾ ਘੰਟਾ ਲੱਗਿਆ ਹੋਊਗਾ ਜਦੋਂ ਮੈਂ ਗਿਆ ਉੱਥੇ ਟੀਕਾ ਲਵਾਉਣ ਗਿਆ ਤਾਂ ਉੱਥੇ ਆਪਣਾ ਇੱਕ ਲੇਡੀ ਸੀ ਅਤੇ ਸਾਊਥ ਇੰਡੀਅਨ ਸੀਗੇ ਉਹ ਅਤੇ ਉਹਨਾਂ ਨੇ ਮੈਨੂੰ ਬੜਾ ਵਧੀਆ ਤਰੀਕੇ ਨਾਲ ਗ੍ਰੀਟ ਕੀਤਾ ਕਹਿੰਦੇ ਕਿਵੇਂ ਠੀਕ ਹੈ ਤੂੰ ਨਰਵਸ ਤਾਂ ਨਹੀਂ ਮੈਂ ਕਿਹਾ ਨਹੀਂ ਮੈਂ ਠੀਕ ਹਾਂ ਅਤੇ ਫਿਰ ਮੈਨੂੰ ਕਹਿੰਦੇ ਵੀ ਕਿਹੜੇ ਬਾਂਹ 'ਤੇ ਲਵਾਉਣਾ ਕਿਹੜੀ ਤੇਰੀ ਸਟਰੋਂਗ ਬਾਂਹ ਵੀ ਲੈਫਟ ਕਿ ਰਾਈਟ ਮੈਂ ਕਿਹਾ ਜਿਹੜੀ ਮਰਜ਼ੀ ਹੈ ਜੇ ਲਾ ਦਿਉ ਤੁਸੀਂ ਮੈਨੂੰ ਤਾਂ ਪਤਾ ਨਹੀਂ ਹੈ ਨਾ ਅਤੇ ਉਹਨਾਂ ਨੇ ਸਪੈਸ਼ਲ ਮੈਨੂੰ ਦਿਖਾਇਆ ਵੀ ਜਿਹੜਾ ਪਹਿਲਾਂ ਦੱਸਿਆ ਵੀ ਅਸੀਂ ਤੁਹਾਡੇ ਫਾਈਜ਼ਰ ਲਾਉਣ ਲੱਗੇ ਹਾਂ
ਤੇ ਫਿਰ ਉਹਨਾਂ ਨੇ ਸਪੈਸ਼ਲ ਲਾਉਣ ਤੋਂ ਪਹਿਲਾਂ ਵੀ ਮੈਨੂੰ ਦਿਖਾਇਆ ਵੀ ਅਸੀਂ ਆਹ ਦੇਖੋ ਤੁਹਾਡੇ ਫਾਈਜ਼ਰ ਲਾਉਣ ਲੱਗੇ ਤੁਸੀਂ ਇੱਕ ਵਾਰੀ ਰੀਡ ਕਰ ਲਓ ਅਤੇ ਮੈਂ ਪੜ੍ਹਿਆ ਵੀ ਹੈ ਮੈਂ ਕਿਹਾ ਵੀ ਇਹ ਸਾਰਿਆਂ ਨੂੰ ਦਿਖਾਉਣਾ ਤੁਸੀਂ ਕਹਿੰਦੇ ਹਾਂ ਵੀ ਅਸੀਂ ਟੀਕਾ ਲਾਉਣ ਤੋਂ ਪਹਿਲਾਂ ਇੱਕ ਵਾਰੀ ਹਰੇਕ ਬੰਦੇ ਨੂੰ ਦਿਖਾਉਣਾ ਵੀ ਅਸੀਂ ਤੁਹਾਡੇ ਇਹ ਟੀਕਾ ਲਾ ਰਹੇ ਵੀ ਤੁਸੀਂ ਸਹਿਮਤ ਹੋ ਕਿ ਨਹੀਂ ਅਤੇ ਮੈਂ ਕਿਹਾ ਠੀਕ ਹੈ ਫਿਰ ਉਹਨਾਂ ਨੇ ਮੇਰੇ ਇੱਥੇ ਲੈਫਟ ਸ਼ੋਲਡਰ 'ਤੇ ਟੀਕਾ ਜੜਤਾ ਅਤੇ ਮੈਂ ਜਿਵੇਂ ਨੋਰਮਲ ਟੀਕੇ ਹੁੰਦੇ ਆ ਉਵੇਂ ਸੀਗਾ ਟੀਕਾ ਕੋਈ ਇੰਨਾ ਮੈਨੂੰ ਫੀਲ ਜਿਹਾ ਨਹੀਂ ਹੋਇਆ ਉਦੋਂ ਬਾਅਦ ਉਹਨਾਂ ਨੇ ਐਂ ਵੀ ਕਿਹਾ ਸੀ ਤੁਹਾਨੂੰ 15 ਮਿੰਟ ਬਹਿਣਾ ਪੈਣਾ ਤੁਹਾਨੂੰ ਵੇਟ ਕਰਨਾ ਪੈਣਾ ਫਿਰ ਮੈਂ 15 ਮਿੰਟ ਉੱਥੇ ਬੈਠਾ ਅਤੇ ਉਹ ਚੈੱਕ ਕਰਦੇ ਵੀ ਬੰਦੇ ਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਵੀ ਜਾਂ ਕਿਤੇ ਰਿਐਕਸ਼ਨ ਨਾ ਕਰ ਜਾਓ ਕੁਛ ਵੀ ਹੈ ਨਾ ਸੋ ਬੜੀ ਵਧੀਆ ਚੀਜ਼ ਆ ਫਿਰ ਮੈਂ ਜਦੋਂ ਉੱਥੇ ਬੈਠਾ ਤਾਂ ਕਦੇ ਕੋਈ ਇੱਧਰੋਂ ਆ ਕੇ ਪੁੱਛੇ ਮੈਨੂੰ ਵੀ ਤੁਸੀਂ ਠੀਕ ਹੋ ਫਿਰ ਕਦੇ ਕੋਈ ਉੱਧਰੋਂ ਆ ਕੇ ਪੁੱਛੇ ਵੀ ਤੁਸੀਂ ਠੀਕ ਹੋ ਬੜਾ ਵਧੀਆ ਲੱਗਿਆ ਨਾ ਅਤੇ ਫਿਰ ਜਦੋਂ 15 ਮਿੰਟ ਪੂਰੇ ਹੋ ਗਏ ਮੈਂ ਦੱਸਿਆ ਮੇਰੇ 15 ਮਿੰਟ ਪੂਰੇ ਹੋ ਗਏ ਆ ਫਿਰ ਉੱਥੇ ਜਿਹੜਾ ਐਗਜ਼ਿਟ ਵਾਲਾ ਪੁਆਇੰਟ ਸੀਗਾ ਉੱਥੇ ਗੋਰਾ ਬੈਠਾ ਜੀ ਉਹਨੇ ਸਕੈਨ ਕੀਤਾ ਕਿ ਮੈਨੂੰ ਕਹਿੰਦਾ ਵੀ ਤੂੰ ਆਲਰਾਈਟ ਨਾ ਤਾਂ ਸਭ ਕੁਝ ਠੀਕ ਹੈ ਇੱਥੋਂ ਤੁਰਿਆ ਜਾ ਰਿਹਾ ਤੈਨੂੰ ਕੋਈ ਚੱਕਰ ਤਾਂ ਨਹੀਂ ਆ ਰਿਹਾ ਮੈਂ ਕਿਹਾ ਮੈਂ ਜਮੀ ਸਹੀ ਹਾਂ ਅਤੇ ਬਸ ਆਪਾਂ ਫਿਰ ਬਾਹਰ ਆ ਗਏ ਅਤੇ ਹੁਣ ਜਿਹੜਾ ਮੈਨੂੰ ਟੀਕੇ ਲਵਾਏ ਨੂੰ ਆਲਮੋਸਟ 5-6 ਘੰਟੇ ਹੋ ਗਏ ਆ ਅਤੇ ਟੀਕੇ ਲਵਾਉਣ ਦੇ ਵਿੱਚ ਮੈਨੂੰ ਐਂ ਲੱਗ ਰਿਹਾ ਇੱਕ ਤਾਂ ਬਾਂਹ ਮੇਰੀ ਬਹੁਤ ਦੁੱਖ ਰਹੀ ਹੈ ਬਹੁਤ ਜ਼ਿਆਦਾ ਪੇਨ ਕਰ ਰਹੀ ਹੈ ਆਹ ਜਿਹੜਾ ਇੰਨਾ ਪਾਰਟ ਆ ਹਾਂ ਮਸਲ ਅਤੇ ਇਹ ਨੋਰਮਲੀ ਹੈ ਮੈਨੂੰ ਲੱਗਦਾ ਕੋਈ ਵੀ ਟੀਕਾ ਲਵਾਉਣੇ ਆ ਉਹ ਪੇਨ ਹੋਣੀ ਹੈ ਨਾ ਅਤੇ ਇੱਕ ਜਿਹੜੀ ਮੈਨੂੰ ਜ਼ਿਆਦਾ ਚੀਜ਼ ਦੇਖਣ ਨੂੰ ਮਿਲ ਰਹੀ ਹੈ ਮੈਨੂੰ ਨਾ ਬਹੁਤ ਜ਼ਿਆਦਾ ਸੁਸਤੀ ਆ ਰਹੀ ਹੈ ਮੈਂ ਬਹੁਤ ਜ਼ਿਆਦਾ ਸਲੀਪੀ ਜਿਹਾ ਫੀਲ ਕਰ ਰਿਹਾ ਨੀਂਦ ਆਈ ਜਾਂਦੀ ਮੈਨੂੰ ਉਦੋਂ ਦੀ ਇਹ ਪਤਾ ਨਹੀਂ ਕਾਹਤੋਂ ਆ ਡਾਕਟਰ ਸਾਹਿਬ ਤੁਹਾਡੇ ਨਾਲ ਵੀ ਹੋਈ ਸੀ ਇਹ ਚੀਜ਼ ਡਾਕਟਰ ਸਾਹਿਬ ਨਾਲ ਵੀ ਹੋਈ ਮਾਰਚ ਦੇ ਵਿੱਚ ਲੱਗ ਗਏ ਡਾਕਟਰ ਸਾਹਿਬ ਦੇ ਮਾਰਚ ਦੇ ਵਿੱਚ ਲੱਗ ਗਿਆ ਸੀ ਇਹਨਾਂ ਦੇ ਪਹਿਲਾਂ ਲੱਗ ਗਿਆ ਸੀਗਾ ਹੈਲਥ ਕੇਅਰ ਵਰਕਰ ਦੇ ਅਤੇ ਸਾਡੇ ਹੁਣ ਲੱਗ ਰਿਹਾ ਸੋ ਇਹਨਾਂ ਨਾਲ ਆਲਰੇਡੀ ਇਹ ਚੀਜ਼ਾਂ ਹੋ ਗਈਆਂ ਪਰ ਮੈਨੂੰ ਲੱਗਦਾ ਆਲਮੋਸਟ ਮੌਤ ਸਹੀ ਕਰ ਲਈ ਦੋਸਤੋ ਮੈਨੂੰ ਲੱਗਦਾ ਆਲਮੋਸਟ ਸਾਰਿਆਂ ਦੇ ਸਿਮਟਮ ਮੈਨੂੰ ਲੱਗਦਾ ਸੇਮ ਹੀ ਹੋਣਗੇ ਸਲੀਪੀ ਜਿਹਾ ਥੋੜ੍ਹਾ ਜਿਹਾ ਫੀਲ ਕਰੋਗੇ ਅਤੇ ਬਾਕੀ ਤਾਂ ਆਲਮੋਸਟ ਸਹੀ ਹੈ ਯਾਰ ਮੈਨੂੰ ਕੋਈ ਪ੍ਰੋਬਲਮ ਨਹੀਂ ਆਈ ਅਤੇ ਬਾਕੀ ਤੁਸੀਂ ਸਾਰੇ ਜਣੇ ਟੀਕਾ ਲਵਾਓ ਜਲਦੀ ਤੋਂ ਜਲਦੀ ਆਪਾਂ ਬੈਕ ਟੂ ਨੋਰਮਲ ਹੋਈਏ ਅਤੇ ਸਾਰਿਆਂ ਦੀ ਹੈਲਪ ਹੀ ਹੋਊਗੀ ਇਹਦੇ ਵਿੱਚ ਕਿਉਂਕਿ ਜੇ ਤੁਹਾਨੂੰ ਕੋਵਿਡ ਹੈਗਾ ਜੇ ਤੁਹਾਡੇ ਰਾਹੀਂ ਕਿਸੇ ਹੋਰ ਨੂੰ ਹੋ ਗਿਆ ਤਾਂ ਜੇ ਉਹਦੀ ਇਮਿਊਨਿਟੀ ਥੋੜ੍ਹੀ ਵੀਕ ਹੈ ਤਾਂ ਯਾਰ ਤੁਹਾਡੇ ਕਰਕੇ ਉਹਦੀ ਜਾਨ ਜਾ ਸਕਦੀ ਹੈ ਸੋ ਸਾਰੇ ਜਣੇ ਕੋਵਿਡ ਦਾ ਟੀਕਾ ਲਵਾਓ ਆਪਾਂ ਨੂੰ ਇੱਕ ਚੀਜ਼ ਹੋਰ ਹੈ ਉਹਨਾਂ ਨੇ ਮੈਨੂੰ ਇਹ ਵੀ ਚੀਜ਼ ਦੱਸੀ ਜਿਵੇਂ ਹੁਣ ਤੁਸੀਂ ਇੱਕ ਵੈਕਸੀਨ ਲਵਾਓਗੇ ਤਾਂ ਤੁਹਾਡੇ 60-70% ਚਾਂਸਿਸ ਆ ਵੀ ਤੁਹਾਨੂੰ ਕੋਵਿਡ ਨਾ ਹੋਊਗੀ ਅਤੇ ਪਰ 30% ਚਾਂਸ ਹੈਗੇ ਵੀ ਤੁਹਾਨੂੰ ਕੋਵਿਡ ਹੋ ਸਕਦੀ ਆ ਅਤੇ ਪਰ ਫਿਰ ਵੀ ਤੁਸੀਂ 60-70 ਨਾ ਵੀ ਲਾਓ ਯਾਰ ਤੁਸੀਂ 40% ਤਾਂ ਫਿਰ ਵੀ ਸੇਵ ਹੋ ਪਰ ਤੁਸੀਂ ਇਹ ਵੀ ਦੇਖੋ ਨਾ ਯਾਰ ਤੁਸੀਂ ਦੂਜਿਆਂ ਬੰਦਿਆਂ ਨੂੰ ਵੀ ਸੇਵ ਕਰ ਰਹੇ ਹੋ ਯਾਰ ਤੁਸੀਂ ਟੀਕਾ ਲਵਾ ਕੇ ਸੋ ਜਲਦੀ ਤੋਂ ਜਲਦੀ ਕੋਵਿਡ ਦਾ ਵੈਕਸੀਨ ਲਵਾਓ ਅਤੇ ਆਪਣੀ ਬੈਕ ਟੂ ਨੋਰਮਲ ਹੋ ਜਾਏ ਲਾਈਫ 'ਤੇ ਆਪਾਂ ਵਧੀਆ ਰਹੀਏ ਯਾਰ ਸੋ ਉਮੀਦ ਕਰਦਾ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਹੋਊਗੀ ਇਨਫੋਰਮੇਟਿਵ ਵਾਲੀ ਲੱਗੀ ਹੋਊਗੀ ਅਤੇ ਜੇ ਵਧੀਆ ਲੱਗੀ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਦਿਓ ਅਤੇ ਬਾਕੀ ਮਿਲਦੇ ਆਪਾਂ ਅਗਲੀ ਵੀਡੀਓ 'ਚ ਧੰਨਵਾਦ ਸਰ।